गुरु नानक सेवा मिशन वालों धन धन श्री गुरु नानक देव जी दे 550 साल शताब्दी प्रकाश गुरपुरब नूं समर्पित आरंभे गए धार्मिक कार्यां दी लड़ी तहत अज गुरद्वारा श्री गुरु सिंह सभा मुरादपुरा विखे 60 सहज पाठां दी संपूर्णता दे भोग पाए गए। इस मौके संस्था दे प्रधान सुरेंद्र सिंह चौहान ने दस्या कि श्री गुरु नानक देव जी दे 550 साल शताब्दी प्रकाश पुरब नूं समर्पित शुरू की गई 550 सहज पाठां दी लड़ी दे पहले पड़ाव विच अज 60 सहज पाठां दी संपूर्णता दे भोग पाए गए। उन्हां दस्या कि इन्हां पाठां दी आरंभता तो लैके संपूर्णता तक गुरद्वारा श्री गुरु सिंह सभा मुरादपुरा दे मुख सेवादार महेंद्र सिंह कंडा अते श्री सुखमनी साहिब सेवा सोसाइटी दीयां बीबियां दा विशेष सहयोग रहा है। इस मौके संस्था दे मुखी सुरेंद्र सिंह चौहान वल्लों श्री सुखमनी साहिब सेवा सोसाइटी दीयां बीबियां दा सन्मान भी कीता गया। सतसंगत जी, असीं अज सानू गुरु नानक सेवा मिशन वल्लों सानू गुरु नानक देव जी दे सहज मतलब कि 550 साल गुरपुरब के उपलक्ष्य में सानू सहज पाठां दी मतलब मिली सी, सानू सेवा मिली सी। सो गुरु ने बहुत गुरु नानक देव जी ने त्रुट के साडियां संगतां तो सेवा लई है ते साडियां संगतां ने 60 पाठ पूरे कर दिते है। अगे सारियां संगतां दे पाठ चलन डए है ते ये साडे गुरु सिंह सभा वालों भी सानू ये बेनती सी कि सारियां बीबियां मिल के पाठ करो। सो अज सारियां बीबियां ने गुरु सिंह सभा दे भी कहन ते पाठ करके 60 ते उन्हां नूं अज असीं सौंपण डए आ। सो ये गुरु दी बहुत ही वड्डी कृपा है। अज जो गुरु नानक सेवा मिशन वालों जो पिछले साल जो साडी सेवा लगाई गई सी गुरद्वारा सिंह सभा मुरादपुरा ਅਤੇ ਸ੍ਰੀ ਸਤਸੰਗ ਸਭਾ ਦੀਆਂ ਸਾਰੇ ਸਮੂਹ ਮੈਂਬਰ ਜੋ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਆਰੰਭੇ ਗਏ 550 ਸਹਿਜ ਪਾਠਾਂ ਦੀ ਲੜੀ ਦੇ ਵਿੱਚ ਜਿੰਨੀ ਸਾਡੀ ਸੇਵਾ ਲਗਾਈ ਗਈ ਸੀ ਅੱਜ 60 ਪਾਠਾਂ ਦੇ ਭੋਗ ਪਾ ਕੇ ਉਪਰੰਤ ਉਸ ਤੋਂ ਬਾਅਦ ਹੋਰ ਨਾਲ ਆਰੰਭ ਕਰ ਦਿੱਤੇ ਗਏ ਹਨ ਕਿਉਂਕਿ 2019 ਦੇ ਤੱਕ ਜੋ ਅਕਤੂਬਰ ਤੱਕ ਜੋ ਹੋਰ ਜਿੰਨੇ ਵੀ ਸਹਿਜ ਪਾਠ ਹੋ ਸਕਦੇ ਹਨ ਵੱਧ ਤੋਂ ਵੱਧ ਇਸ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਹਨ। ਜੋ ਇਸਤਰੀ ਸਤਸੰਗ ਸਭਾ ਦੇ ਸਾਡੇ ਪ੍ਰਧਾਨ ਬੀਬੀ ਦਵਿੰਦਰ ਕੌਰ ਜੀ, ਚੇਅਰਮੈਨ ਬੀਬੀ ਹਰਜੀਤ ਕੌਰ ਜੀ ਅਤੇ ਗੁਰਦੁਆਰਾ ਸਿੰਘ ਸਭਾ ਦੇ ਜੋ ਚੇਅਰਮੈਨ ਸਾਹਿਬ ਮਨੋਹਰ ਸਿੰਘ ਜੀ ਮੱਕੜ, ਕੈਸ਼ੀਅਰ ਬਲਵਿੰਦਰ ਸਿੰਘ ਜੀ, ਹਰਭਗਤ ਸਿੰਘ ਜੀ, ਜੋ ਜਿੰਨੇ ਵੀ ਸਾਡੇ ਮੈਂਬਰ ਹਨ ਸਾਰਿਆਂ ਨੇ ਜੋ ਪਰਸਨਲ ਤੌਰ 'ਤੇ ਵੀ ਆਪਣੇ ਘਰ ਸਹਿਜ ਪਾਠ ਆਰੰਭ ਕੀਤੇ ਹੋਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਜੋ ਪਿਛਲੇ ਸਾਲ 2018 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਸ ਸਾਲ ਜੋ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਆ ਰਹੀ ਹੈ ਉਹਨੂੰ ਸਮਰਪਿਤ ਜੋ 550 ਸ੍ਰੀ ਸਹਿਜ ਪਾਠਾਂ ਦੀ ਆਰੰਭਤਾ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ ਸੀ ਔਰ ਅਲੱਗ ਅਲੱਗ ਪਰਿਵਾਰਾਂ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਸ੍ਰੀ ਸਹਿਜ ਪਾਠ ਜੋ ਸੀਗੇ ਉਹ ਆਰੰਭ ਕਰਵਾਏ ਗਏ ਸਨ। ਸੋ ਇਸ ਸਥਾਨ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਪੁਰਾ ਦੇ ਜੋ ਸੰਗਤ ਸੀ ਔਰ ਖਾਸ ਕਰ ਇੱਥੋਂ ਦੇ ਇਸਤਰੀ ਸਤਸੰਗ ਸਭਾ ਦੇ ਜਥੇ ਵੱਲੋਂ ਜੋ ਅੱਜ ਤਕਰੀਬਨ 62 ਪਾਠਾਂ ਦੀ ਜਿਹੜੀ ਸੰਪੂਰਨਤਾ ਕਰਕੇ ਅਰਦਾਸ ਕੀਤੀ ਗਈ ਹੈ ਔਰ ਅੱਗੋਂ ਫਿਰ ਜੋ ਕਿਉਂਕਿ ਹਜੇ 7-8 ਮਹੀਨੇ ਪ੍ਰਕਾਸ਼ ਪੁਰਬ ਦੇ ਵਿੱਚ ਰਹਿੰਦੇ ਨੇ, ਦਸੰਬਰ ਅਕਤੂਬਰ ਦੇ ਵਿੱਚ ਹੈ ਅਤੇ ਇਹਨਾਂ ਨੇ ਅੱਗੋਂ ਫਿਰ ਜੋ ਮੈਂ ਸਮਝਦਾ ਕਿ ਇੰਨੇ ਕੀ ਹੀ ਪਾਠਾਂ ਦੀ ਆਰੰਭਤਾ ਦੀ ਅੱਜ ਜੋ ਅਰਦਾਸ ਹੈ ਕੀਤੀ ਹੈ। ਸੋ ਮੈਂ ਜਿੱਥੇ ਇਸ ਇਲਾਕੇ ਦੇ ਸੰਗਤਾਂ ਦਾ ਧੰਨਵਾਦ ਕਰਦਾ ਉੱਥੇ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਬੇਨਤੀ ਜੋਦਰੀ ਕਰਦੇ ਹਾਂ ਕਿ ਜਿਹੜੇ ਜਿਹੜੇ ਵੀ ਇਸ ਮਹਾਨ ਯੱਗ ਦੇ ਵਿੱਚ ਇਸ ਵੱਡੀ ਸ਼ਤਾਬਦੀ ਪੁਰਬ ਦੇ ਵਿੱਚ ਸੰਗਤਾਂ ਜੋ ਯੋਗਦਾਨ ਪਾ ਰਹੀਆਂ ਨੇ, ਗੁਰੂ ਸਾਹਿਬ ਆਪ ਜਾਨੀ ਜਾਨ ਨੇ ਔਰ ਉਹਨਾਂ ਸਾਰਿਆਂ ਦੇ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਸਭ ਪਰਿਵਾਰਾਂ ਨੂੰ ਚੜ੍ਹਦੀ ਕਲਾ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ। ਇਸੇ ਤਰ੍ਹਾਂ ਜੋ ਹੈ ਵੱਧ ਚੜ੍ਹ ਕੇ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸੇਵਾ ਜਿਹੜੀ ਹੈ ਕੀਤੀ ਜਾ ਸਕੇ। ਮੇਰੇ ਨਾਲ ਇਸ ਮੁਹਿੰਮ ਦੇ ਵਿਚਾਰ ਮਨੋਹਰ ਸਿੰਘ ਜੀ ਮੱਕੜ, ਇਸ ਸਥਾਨ ਦੇ ਮੁੱਖ ਸੇਵਾਦਾਰ ਸਰ ਮਹਿੰਦਰ ਸਿੰਘ ਜੀ ਕੰਡਾ ਔਰ ਸਰ ਬਲਵਿੰਦਰ ਸਿੰਘ ਕੈਸ਼ੀਅਰ, ਸਮੂਹ ਸੰਗਤ ਸਮੂਹ ਕਮੇਟੀ ਵੱਲੋਂ ਇਸ ਮਿਸ਼ਨ ਦੇ ਵਿੱਚ ਇਸ ਕੰਮ ਦੇ ਵਿੱਚ ਵੱਡਾ ਯੋਗਦਾਨ ਦਿੱਤਾ ਗਿਆ। ਮੈਂ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।